ਸਾਰੀ ਸੰਗਤ ਕਰਿਓ ਕਿਰਪਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਅਪਾਰ ਕਿਰਪਾ ਹੋਈ, ਦਾਸ ਨੇ ਇੱਕ ਧਾਰਨਾ ਦੀ ਹਾਜ਼ਰੀ ਲਾਉਣੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਗਤ ਮਾਤਾ ਮਾਤਾ ਭੋਲੀ ਸਾਹਿਬ ਜੀ, ਸਾਰੇ ਬੋਲਿਓ ਧੰਨ ਧੰਨ ਬਾਬਾ ਅਤਰ ਸਿੰਘ ਜੀ, ਧੰਨ ਧੰਨ ਸ੍ਰੀ ਮਾਨ ਸੰਤ ਬਾਬਾ। ਸੋ ਬਹੁਤ ਧੰਨਵਾਦ ਸਾਡੇ ਮਹਾਂਪੁਰਖ ਬਾਬਾ ਹਰਬਿੰਦ ਸਿੰਘ ਸਾਹਿਬ ਜੀ, ਬਾਬਾ ਅਵਤਾਰ ਸਿੰਘ ਜੀ, ਬਾਬਾ ਗੋਰਾ ਜੀ, ਸਟੇਟ ਸੈਕਟਰੀ ਸਾਹਿਬ, ਇਹਨਾਂ ਦਾ ਸਾਰਿਆਂ ਧੰਨਵਾਦ। ਬਾਬਾ ਰਣਜੀਤ ਸਿੰਘ ਜੀ ਨੇ ਅਲੀਪੁਰ ਵਾਲਿਆਂ ਨੇ ਹਾਜ਼ਰੀ ਭਰੀ ਹੈ। ਸੋ ਜਦੋਂ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਹਜ਼ੂਰ ਸਾਹਿਬ ਦੀ ਧਰਤੀ 'ਤੇ, ਵਾਹ 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 ਵਾਹ, ਬਰਾਗ ਹੈ ਮਾਲਕ ਨੇ। ਮਾਲਕ ਉਹ ਹੈ ਜਿਸ ਨੂੰ ਰੱਬ ਦੇ ਘਰ ਦਾ ਬਰਾਗ ਮਿਲ ਗਿਆ, ਬਾਕੀ ਤਾਂ ਭਖਾਰੀਆਂ ਵਾਲੇ ਕੰਮ ਹੈ। ਖਿਮਾ ਚਾਹੁੰਦਾ ਦਾਸ, ਗੱਜ ਕੇ ਬੋਲੋ ਸਤਨਾਮ। ਇਹ ਸੱਚੀ ਗੱਲ ਹੈ, ਬਿਨ ਬਰਾਗ ਨਾ ਛੁੱਟ ਸਮਾਇਆ। ਆਓ ਸਾਧ ਸੰਗਤ, ਭਾਈ ਨਾਨੂ ਜੀ ਨੂੰ ਦਰਸ਼ਨ ਹੋਏ, ਸਾਰਾ ਇਤਿਹਾਸ ਜਾਣ ਦਿਓ। ਜਾਓ ਪ੍ਰਸ਼ਾਦਾ ਲੈ ਜਾਓ, ਛਕਾ ਕੇ ਆਓ। ਮੇਰਾ ਪੁੱਤਰ ਮੇਰਾ ਪਿਆਰਾ ਬੈਠਾ, ਗੱਜ ਕੇ ਬੋਲੋ ਸਤਨਾਮ। ਵਾਹਿਗੁਰੂ ਜੀ, ਆਹ ਹਾ ਹਾ, ਖੁਦ ਹੀ ਕੁਕਰ ਬੁਲੰਦ ਇਤਨਾ, ਖੁਦਾ ਤੁਝ ਸੇ ਪੁੱਛੇ ਕਿ ਤੇਰੀ ਰਜ਼ਾ ਕਿਆ ਹੈ। ਐਸਾ ਪਿਆਰ ਮਹਾਰਾਜ ਪੁੱਛ ਲੈਣ ਸਿੱਖਾ ਕੀ ਚਾਹੀਦਾ, ਆਪਾਂ ਮੰਗ ਮੰਗ ਥੱਕ ਜਾਂਦੇ ਹਾਂ। ਪ੍ਰਸ਼ਾਦਾ ਲੈ ਕੇ ਗਏ ਭਾਈ ਨਾਨੂ ਸਾਹਿਬ ਜੀ, ਉਸ ਟਾਈਮ ਦੇ ਹੈੱਡ ਗ੍ਰੰਥੀ ਸਾਹਿਬ ਹਜ਼ੂਰੀ 'ਚ, ਭਾਗਾਂ ਵਾਲਿਆਂ ਨੂੰ ਸੇਵਾ ਮਿਲਦੀ ਹੈ ਗੁਰਮੁਖ। ਸਾਧ ਸੰਗਤ, ਉਸ ਤੋਂ ਬਾਅਦ ਬਾਬਾ ਜੋਗਿੰਦਰ ਸਿੰਘ ਜੀ ਮੋਨੀ, ਜੇ ਮੈਂ ਸਹੀ ਹੋਵਾਂ, ਬੇਨਤੀ ਕਰਾਂ, ਬਾਬਾ ਹਜ਼ੂਰਾ ਸਿੰਘ ਜੀ, ਹੁਣ ਆਪ ਜੀ ਸਾਰੇ ਜਾਣਦੇ ਹੋ, ਮਹਾਂਪੁਰਖ ਨੇ ਉੱਥੇ ਬਿਹੰਗਮ ਅਤੇ ਮਹਾਰਾਜ ਛਕ ਲਓ ਪ੍ਰਸ਼ਾਦਾ। ਧੰਨ ਬਾਬਾ ਤਰਸਨ ਮਹਾਰਾਜ ਜੀ ਕਹਿੰਦੇ ਅਸੀਂ ਨਹੀਂ ਛਕਣਾ, ਰਸ ਇੰਨਾ ਪਿਆਰ ਹੈ। ਨਹੀਂ ਨਹੀਂ, ਮੈਨੂੰ ਤਾਂ ਕਹਿੰਦੇ ਸੌਣ ਨਹੀਂ ਦਿੱਤਾ, ਮਹਾਰਾਜ ਜੀ ਨੇ ਵੀ ਮੇਰੇ ਪਿਆਰੇ ਨੂੰ ਭੋਜਨ ਛਕਾ ਕੇ ਆਓ, ਗੱਜ ਕੇ ਬੋਲੋ ਸਤਨਾਮ। ਬਸ ਐਸਾ ਬਰਾਗ ਜੋ ਇਤਿਹਾਸ 'ਚ ਲਿਖਿਆ, ਮਹਾਰਾਜ ਕਹਿੰਦੇ ਅਸੀਂ ਤਾਂ ਨੰਦਾਂ ਦੀ ਨੌਂਦੇੜ, ਨੰਦਾਂ ਦੀ ਧਰਤੀ, ਪੁਰਾਤਨ ਤਪ ਸਥਾਨ, ਔਰ ਦਸ਼ਮੇਸ਼ ਪਿਤਾ ਜੀ ਦਾ, ਅਤੇ ਸਾਧ ਸੰਗਤ ਜੀ ਗੋਦਾਵਰੀ ਗੋਦ ਵਿੱਚੋਂ ਨਿਕਲੀ, ਆਹ ਕਹਿੰਦੇ ਨੇ ਐਂ ਬਰਾਗ ਆ ਗਿਆ, ਮਨ ਪਿਆਰ 'ਚ ਆ ਗਿਆ ਵੀ ਸਰੀਰ ਖਤਮੇ ਕਰ ਲੈਣਾ, ਭੋਜਨ ਨਹੀਂ ਛਕਣਾ। ਕਹਿੰਦੇ ਕਿਉਂ? ਕਹਿੰਦੇ ਭਾਈ ਨਾਨੂ ਜੀ, ਸਾਡੇ ਨਾਲ ਤਾਂ ਤੁਸੀਂ ਚੰਗੇ ਹੋ, ਤੁਹਾਨੂੰ ਦਰਸ਼ਨ ਤਾਂ ਹੋ ਗਏ, ਗੱਜ ਕੇ ਬੋਲੋ ਸਤਨਾਮ। ਬਸ ਇਹ ਸੱਚੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਗੱਜ ਕੇ ਸਾਰੇ ਪੜ੍ਹਿਓ। ਬਸ ਬੇਨਤੀ ਹੈ, ਮੈਂ ਤਾਂ ਹਾਜ਼ਰੀ ਲਵਾਉਣਾ, ਤੁਹਾਡਾ ਸੇਵਾਦਾਰ ਹੈ, ਪਿਛਲੇ ਸਾਲ ਹਾਜ਼ਰੀ ਨਹੀਂ ਲੱਗੀ। ਬਾਬਾ ਅਵਤਾਰ ਸਿੰਘ ਜੀ ਅਤੇ ਬਾਬਾ ਬੇਅੰਤ ਸਿੰਘ ਜੀ ਮਹਾਂਪੁਰ, ਕਹਿੰਦੇ ਹਰਬਿਆਨ ਸਿੰਘ ਜੀ ਵੀ ਤੁਸੀਂ ਦਰਸ਼ਨ, ਮੈਂ ਦਰਸ਼ਨ ਕਰਨੇ ਆਏ ਸੀ, ਇਸੇ ਕਰਕੇ ਇੱਕ ਸਿੰਘ ਹਾਜ਼ਰੀ, ਦੋ ਸਿੰਘ ਲੈ ਕੇ ਵੀ ਦਰਸ਼ਨ ਕਰ ਲਵਾਂ। ਅੰਗੀਠਾ ਸਾਹਿਬ ਵੀ ਹਾਜ਼ਰੀ ਲਾਈ ਆ, ਮਹਾਂਪੁਰਖ ਵੀ ਭਰ ਕੇ ਆਏ ਨੇ। ਆਓ ਗੱਜ ਕੇ ਪੜ੍ਹਿਓ ਸਾਰੇ, ਅਤੇ ਕਬੀਰ ਸਾਹਿਬ ਮਹਾਰਾਜ ਕੀ ਕਹਿੰਦੇ ਨੇ, ਪਾਗਲ ਦੁਨੀਆਂ ਦੇ ਪਾਗਲ ਨੇ ਬਹੁਤ, ਜਿਨ੍ਹਾਂ ਨੇ ਮਾਇਆ ਪਿੱਛੇ, ਦੁਨੀਆਂ ਪਿੱਛੇ ਰੌਲਾ ਪੈ ਗਿਆ। ਅਸਲੀ ਮੈਂਟਲ ਅਤੇ ਪਾਗਲ ਦੇ ਅਰਥ ਨੇ ਪਾਗਲ, ਜਿਹਨੇ ਗੱਲ ਪਾ ਲਈ। ਕੀ ਕਹਿੰਦੇ ਨੇ, ਮੈਂ ਤੇ ਬੌਰਾ ਨਹੀਂ, ਬੌਰਾ ਰਾਮ ਨੇ ਕੀਆ, ਬੌਰਾ ਨਹੀਂ, ਬੌਰਾ ਰਾਮ।
ਸਹੁਰਾ ਰਾਮ ਬੋਲਿਓ ਭੈਣਾ ਸਿੰਘ ਜੀ ਜ਼ਿਮੀਂਦਾਰ ਅਤੇ ਮਜ਼ਦੂਰ ਏਕਤਾ ਚੱਲਦੀ ਉਸ ਯੋਗ ਦਿਓ ਅਰਦਾਸ ਕਰੋ। ਸ੍ਰੀ ਮਾਨ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਮਹਾਂਪੁਰਖ ਦਾਸ ਦੇ ਮੁਰਸ਼ਦ ਉਹਨਾਂ ਦੇ ਲਾਲ ਆਏ ਨੇ ਬਾਬਾ ਤੇਜ ਪ੍ਰਤਾਪ ਸਿੰਘ ਜੀ, ਉਹ ਵੀ ਆਪ ਜੀ ਨੂੰ ਕੁਛ ਬੇਨਤੀਆਂ ਕਰਨਗੇ। ਹੋਈਆਂ ਭੁੱਲਾਂ ਦੀ ਖੇਵਾਂ ਗੱਜ ਕੇ ਫਤਿਹ ਬੁਲਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ